ਉਹ ਕਰੋਨਾ ਮੈਂ ਗੀਤ ਆਪਣੇ ਲੋਕਾਂ ਵਾਸਤੇ ਲਿਖਿਆ ਏ ਕਿ ਕਰੋਨਾ ਜਿੱਥੇ ਫਿਰ ਦੁਬਾਰਾ ਵਾਪਸ ਆਉਣ ਲੱਗਾ ਏ ਆਪਣੇ ਜਿੱਥੇ ਲੋਕ ਰਹਿੰਦੇ ਨੇ ਜਿਸ ਤਰ੍ਹਾਂ ਹੋ ਗਿਆ ਬਰਮਿੰਗਮ ਉਹ ਮੈਨਚੈਸਟਰ ਹੋ ਗਿਆ ਲੂਟਨ ਹੋ ਗਿਆ ਲੰਡਨ ਹੋ ਗਿਆ ਪਰ ਸਾਡੇ ਲੋਕਾਂ ਤੁਸੀਂ ਅਹਤਿਆਤ ਨਹੀਂ ਪੇ ਕਰਦੇ ਇਸ ਵਜ੍ਹਾ ਕਰੋਨਾ ਦੁਬਾਰਾ ਸਾਡੇ ਇਲਾਕਿਆਂ ਦੇ ਵਿੱਚ ਆ ਰਿਹਾ ਏ ਤੁਸਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਾ ਛੱਡ ਦਿਓ ਹਕੂਮਤ ਦਾ ਫੈਸਲਾ ਏ ਕਿ ਉਹ ਆਪਣੀ ਗੱਲ ਸੁਣੋ ਜੇ ਨਹੀਂ ਸੁਣੋਗੇ ਤਾਂ ਕੋਈ ਖੁਦਾ ਨਾ ਖਾਸਤਾ ਤੁਹਾਡੇ ਰਿਸ਼ਤੇਦਾਰ ਵੀ ਦੁਨੀਆ ਤੋਂ ਜਾ ਸਕਦੇ ਨੇ ਔਰ ਬੜਾ ਕਿਲਰ ਬਿਮਾਰੀ ਜੇ ਉਹ ਕਰੋਨਾ ਛੱਡ ਦੇ ਔਰ ਸਾਡੇ ਲੋਕਾਂ ਤੁਸੀਂ ਆਪਣਾ ਕੁਛ ਨਾ ਕੁਛ ਤਾਂ ਸਮਝੋ ਫਿਰ ਤੁਹਾਡੇ ਕੋਲ ਸਾਰਾ ਟਾਈਮ ਏ ਅਗਲੇ ਸਾਲ ਦੁਬਾਰਾ ਮਿਲ ਲੈਣਾ ਹੁਣ ਜੇ ਨਹੀਂ ਮਿਲ ਸਕਦੇ ਲੋਕਾਂ ਦੇ ਘਰਾਂ ਦੇ ਵਿੱਚ ਨਾ ਜਾਇਆ ਕਰੋ ਕਰੋਨਾ ਫਿਰ ਆਪਣੇ ਇਲਾਕਿਆਂ ਵਿੱਚ ਫੜੀ ਆਉਂਦਾ ਏ ਜਿਸ ਤਰ੍ਹਾਂ ਹੋ ਗਿਆ ਬਰਮਿੰਗਮ ਰਾਚਡੇਲ ਮੈਨਚੈਸਟਰ ਔਰ ਲੂਟਨ ਉਹ ਕਰੋਨਾ ਨਾ ਫੈਲਾਓ ਔਰ ਜਿੱਦਾਂ ਜਾਵੋਗੇ ਆਪਣੇ ਮਾਸਕ ਪਾ ਕੇ ਜਾਓ ਮਾਸਕ ਤੋਂ ਬਗੈਰ ਕਿੱਥੇ ਵੀ ਸ਼ਾਪਿੰਗ ਕਰਨ ਨਾ ਜਾਵੋ ਭਾਵੇਂ ਤੁਸੀਂ ਜਾਵੋ ਕੰਮ 'ਤੇ ਭਾਵੇਂ ਤੁਸੀਂ ਆਪਣੇ ਅਜ਼ੀਜ਼ਾਂ ਦੇ ਘਰ ਜਾਓਗੇ ਅਤੇ ਭਾਵੇਂ ਤੁਸੀਂ ਬਾਹਰ ਰੈਸਟੋਰੈਂਟ ਜਾਓਗੇ ਮਾਸਕ ਮਸਟ ਪਹਿਨ ਕੇ ਜਾਣਾ ਹਕੂਮਤ ਦੀ ਗੱਲ ਸੁਣੋ ਬੋਰਿਸ ਜੌਨਸਨ ਦੀ ਗੱਲ ਸੁਣੋ ਆਪਣੀ ਕੌਂਸਲਾਂ ਵਾਲਿਆਂ ਦੀ ਗੱਲ ਸੁਣੋ ਨਾ ਸੁਣੋਗੇ ਤਾਂ ਤੁਹਾਨੂੰ ਆਪੇ ਹੀ ਨੁਕਸਾਨ ਹੋਏਗਾ ਉਹ ਕਰੋਨਾ ਤੂੰ ਕਿੱਥੋਂ ਆ ਗਿਆ ਤੂੰ ਛੱਡ ਦੇ ਪਿੱਛਾ ਆਪਣੇ ਲੋਕੋ ਤੁਸੀਂ ਇਹਨੂੰ ਕਰੋਨਾ ਨੂੰ ਆਪਣੀ ਇੰਨੀ ਨਾ ਮੌਲਤ ਦਿਓ ਕਿ ਤੁਹਾਨੂੰ ਚਿਮੜ ਜਾਵੇ ਉਹ ਕਿ ਗਾਣਾ ਤੁਹਾਡੇ ਵਾਸਤੇ ਖਤਮ ਹੋ ਗਿਆ ਏ ਹੁਣ ਅੱਲਾ ਰੱਬ ਰੱਖਾ।